अज कादियां दे लागे पिंड विच एक बहुत ही दुखदाई घटना सामने आई है, जिस विच एक छोटी नाबालग लड़की नूं उसके अपने ही रिश्तेदार ने रेप किया ते मार कुटाई की। लड़की दे मापियां दा दोष है कि पुलिस ने अजे तक कोई कार्रवाई नहीं की। कादियां तो मस्का चस्का टाइम्स दे रिपोर्टर स्वरण सिंह दी रिपोर्ट। जी माता जी की कहना चाहते हो? मैं ये कहना चाहनी कि साड़ी कल दी साड़ी कुड़ी कल दी लड़की मेरी इत्थे बहुत माड़ी घटना हुई है। कल दी असीं इत्थे दाखल कराई, अजे तक कोई पुलिस वाला रिपोर्ट करन कोई भी लैन नहीं आया, अजे तक कोई भी बयान नहीं होया साड़ी कुड़ी दा। गल की हुई है? हाँ जी, गल की हुई है? गल ये हुई माड़ी घटना घरों साड़ी कुड़ी जान दी सराई करन ते चुके ते लै गए आ मूँह बन के, जाके उन्होंने जाके तो माड़ा काम किया वा, जाके नहर कोल छोड़ दिती खुट मार के छोड़ दिती। पहचान की उन्होंने? हाँ जी पहचान है, रंगड़ दे रहने वाला वा मुंडा। हाँ जी। कोई रिश्तेदारी है उन्होंने? हाँ जी रिश्तेदारी है, भरजाई दा अपने वा। हाँ जी। प्रशासन की मांग है तुहाडी, जिस तरह तुहाडा पुलिस ने पुछना है की कहना चाहते हो? ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਪੂਰਾ ਪੂਰਾ ਇਨਸਾਫ਼ ਮਿਲਣਾ ਚਾਹੀਦਾ ਵਾ, ਅਜੇ ਤੱਕ ਸਾਡੀ ਕੋਈ ਵੀ ਸੁਣਾਈ ਨਹੀਂ ਹੋਣ ਡਈ, ਕਿਸ ਵੀ ਗੱਲਬਾਤ ਦੀ ਸੁਣਾਈ ਨਹੀਂ ਉਹਨਾਂ ਨੇ ਕੀਤੀ। ਕਿੰਨੇ ਵਜੇ ਤੇ ਆਏ ਤੁਸੀਂ ਇੱਥੇ? ਕੱਲ੍ਹ 10-11 ਵਜੇ ਤੋਂ ਇੱਥੇ ਪਹੁੰਚੇ ਹਾਂ। ਹਾਂਜੀ ਕੱਲ੍ਹ ਬਸ ਉਹ ਹੀ ਮੈਡਮ ਆਈਆਂ ਦੋ, ਉਹ ਹੀ ਆਈਆਂ, ਮੁੜ ਕੇ ਉਸ ਤੋਂ ਬਾਅਦ ਕੋਈ ਨਹੀਂ ਆਇਆ। ਹਾਂਜੀ ਹਾਂ, ਬੇਟੀ ਨਾਲ ਦੋ ਜਣੇ ਗਲਤ ਕੰਮ ਕੀਤਾ, ਤੁਸੀਂ ਕਿੰਨਾ ਦੀ ਸਜ਼ਾ ਚਾਹੁੰਦੇ ਹੋ? ਅਸੀਂ ਜੀ ਵੱਧ ਤੋਂ ਵੱਧ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਜੀ, ਬਹੁਤ ਬੁਰਾ ਹਾਲ ਕੀਤਾ ਉਹਦਾ ਬੇਟੀ ਦਾ, ਮਾਰ ਮਾਰ ਕੇ ਬਹੁਤ ਮਾੜਾ ਹਾਲ ਕੀਤਾ ਜੀ। ਇਹਨਾਂ ਨੂੰ ਸਜ਼ਾ ਪੂਰੀ ਮਿਲਣੀ ਚਾਹੀਦੀ ਜੀ, ਸਾਡੀ ਅਪਲ ਤੇ ਸਾਰੀ ਉਮਰ ਦੀ ਚਾਹੀਦੀ ਜੀ ਸਜ਼ਾ। ਉਮਰ ਕਿੰਨੀ ਕੁੜੀ ਦੀ? ਉਮਰ 17 ਸਾਲ ਦੀ ਜੀ, ਨਾਬਾਲਗ ਜੀ। ਹਾਂਜੀ ਜਿਹਨੇ ਰੇਪ ਕੀਤਾ ਜਿਹੜਾ ਉਹ ਰਿਸ਼ਤੇਦਾਰ ਹੀ ਤੁਹਾਡਾ ਲੱਗਦਾ? ਹਾਂਜੀ ਹਾਂਜੀ ਉਹ ਰਿਸ਼ਤੇਦਾਰ ਹੀ ਹੈ, ਰਿਸ਼ਤੇਦਾਰ ਹੀ। ਤੁਹਾਡੀ ਮੰਗ ਕੀ ਹੈ? ਮੰਗ ਇਹ ਹੈ ਸਾਡੀ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਭਾਈ ਕੀ ਨਾਮ ਆਪਣਾ ਜੀ? ਨਾਮ ਸਰ ਗੁਰਜੀਤ ਸਿੰਘ। ਅੱਜ ਕੀ ਤੁਸੀਂ ਜਾਣਕਾਰੀ ਦਿੰਦੇ ਹੋ, ਕੀ ਗੱਲ ਹੋਈ ਹੈ ਲੜਕੀ ਨਾਲ? ਸਰ ਗ੍ਰੰਥਗੜ੍ਹ ਪਿੰਡ ਦੇ ਵਿੱਚ ਨਾ ਨਰੇਗਾ ਦਾ ਕੰਮ ਚੱਲ ਰਿਹਾ ਸੀ, ਇਹ ਲੜਕੀ ਨੂੰ ਲਹੂ ਲੁਹਾਣ ਤੁਰੀ ਆਉਂਦੀ ਦੇਖੀ ਅਸੀਂ। ਇਹਨੂੰ ਪੁੱਛਿਆ, ਇਹ ਕਹਿੰਦੀ ਵੀ ਮੇਰਾ ਐਕਸੀਡੈਂਟ ਹੋਇਆ ਪਹਿਲਾਂ ਤੇ, ਡਰੀ ਹੋਈ ਸੀ ਕਾਫੀ। ਬਾਅਦ ਵਿੱਚ ਇਹਨੂੰ ਥੋੜ੍ਹਾ ਜਿਹਾ ਅਸੀਂ ਪਾਣੀ ਪੂਣੀ ਪਿਆ ਲਿਆ, ਇਹਨੂੰ ਪੁੱਛਿਆ ਕਹਿੰਦੀ ਵੀ ਮੇਰੇ ਨਾਲ ਰੇਪ ਹੋਇਆ, ਦੋ ਮੁੰਡੇ ਸੀਗੇ ਮੈਨੂੰ ਚੁੱਕ ਕੇ ਲੈ ਗਏ ਆ ਤੇ ਨਹਿਰ ਦੇ ਉੱਤੇ ਖੜ ਕੇ ਇੱਕ ਮਾਰਚ ਮੇਰੇ ਨਾਲ ਰੇਪ ਕੀਤਾ ਇਹਨਾਂ ਨੇ। ਉਸ ਤੋਂ ਬਾਅਦ ਇਹਨੂੰ ਅਸੀਂ ਸਿੱਧਾ ਲੈ ਕੇ ਆ ਗਏ ਥਾਣੇ, ਥਾਣੇ ਤੋਂ ਬਾਅਦ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅਸੀਂ ਰਿਪੋਰਟ ਦਿੱਤੀ ਆ, ਉਸ ਤੋਂ ਬਾਅਦ ਕਾਦੀਆਂ ਲੈ ਕੇ ਆ ਗਏ ਸਿਵਲ ਹੋਸਪਿਟਲ, ਇਹਦਾ ਇਲਾਜ ਚੱਲ ਰਿਹਾ ਅਜੇ ਤੱਕ ਕੋਈ ਆਈ ਕਾਰਵਾਈ ਨਹੀਂ ਹੋਈ ਅਜੇ ਤੱਕ। ਤੇ ਕਿੰਨੇ ਵਜੇ ਲੈ ਕੇ ਆਏ ਕੱਲ ਤੁਸੀਂ? ਕੱਲ ਇਹਨਾਂ ਨੂੰ ਅਸੀਂ ਲੈ ਕੇ ਆਏ ਆ ਜੀ 12 ਵਜੇ ਦੇ ਲਾਗੇ ਛਾਗੇ। ਮੰਗ ਕੀ ਤੁਹਾਡੀ ਅਸਲੀ? ਇਨਸਾਫ਼ ਮਿਲਣਾ ਚਾਹੀਦਾ ਜੀ ਇਹਨਾਂ ਨੂੰ, ਦੋਨਾਂ ਨੂੰ ਅਰੈਸਟ ਕਰਨ, ਸਾਡੀ ਇਹੀ ਬੇਨਤੀ ਹੈ। ਮਾਮਲਾ ਜੋ ਵੀ ਆਪਾਂ ਪੁਲਿਸ ਦੀ ਸਾਡੀ ਕੋਲ ਰਿਪੋਰਟ ਜੋ ਵੀ ਉਹ ਮਾਮਲਾ ਪੁਲਿਸ ਦੇਖਣਗੇ ਨਾ ਕੀ ਹੈਗਾ, ਪੁਲਿਸ ਦੀ ਰਿਪੋਰਟ ਕਿਹੜਾ ਹੈਗਾ ਉਹ ਅਸੀਂ ਐਗਜ਼ਾਮੀਨੇਸ਼ਨ ਅੱਗੇ ਜਿਹੜੀ ਜੋ ਵੀ ਕਰਨਾ ਉਹ ਪੁਲਿਸ ਦੀ ਰਿਪੋਰਟ ਤੋਂ ਬਾਅਦ ਹੀ ਕਰਨਾ। ਪੁਲਿਸ ਸਾਡੇ ਕੋਲ ਆਊਗੀ, ਸਾਨੂੰ ਕਹੂਗੀ ਕਿ ਇਹਦਾ ਐਗਜ਼ਾਮੀਨੇਸ਼ਨ ਕਰੋ ਜੋ ਵੀ ਹੈ, ਉਸ ਤੋਂ ਬਾਅਦ ਹੀ ਅਸੀਂ ਕਰਨਾ ਜੋ ਕਰਨਾ। ਠੀਕ ਹੈ, ਸਾਡੇ ਵੱਲੋਂ ਜਿਹੜਾ ਇੱਕ ਫਸਟ ਏਡ ਟ੍ਰੀਟਮੈਂਟ ਹੈ ਉਹ ਦੇ ਦਿੱਤਾ ਗਿਆ ਬਿਲਕੁਲ। ਕੁੜੀ ਦੀ ਹਾਲਤ ਸੀਗੀ, ਪਰੇਸ਼ਾਨੀ ਸੀਗੀ, ਹੁਣ ਉਹ ਜਿਸ ਤਰ੍ਹਾਂ ਦੀ ਸੱਟਾਂ ਸੁੱਟਾਂ ਲੱਗੀਆਂ ਸੀਗੀਆਂ ਸਰ 'ਚ, ਸਾਰਾ ਉਹਦਾ ਸਾਰਾ ਟ੍ਰੀਟਮੈਂਟ ਉਹਦੇ ਸਭ ਕੁਛ ਕਰ ਲਿਆ ਗਿਆ, ਐਕਸਰੇ ਉਕਸਰੇ ਲੈ ਲਏ ਗਏ ਆ ਸਾਰੇ। ਠੀਕ ਹੈ।